ਡਬਈ ਨੂੰ ਸੋਨੇ ਦਾ ਸ਼ਹਿਰ ਕਿਹਾ ਜਾਂਦਾ ਹੈ। ਇੱਥੋਂ ਦੇ ਲੋਕ ਗ੍ਰਾਮ ਜਾਂ ਤੋਲਿਆਂ ਦੇ ਵਿੱਚ ਨਹੀਂ ਬਲਕਿ ਕਿਲੋਆਂ ਦੇ ਵਿੱਚ ਸੋਨਾ ਖਰੀਦਦੇ ਨੇ। ਇੱਥੇ ਹੋਟਲ ਤੇ ਰਿਜ਼ੋਰਟਸ ਨੂੰ ਬਣਾਉਣ ਦੇ ਵਿੱਚ ਵੀ ਭਰ ਭਰ ਕੇ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਤੁਹਾਨੂੰ ਡਬਈ ਸ਼ਹਿਰ ਦੇ ਵਿੱਚ ਗੋਲਡ ਪਲੇਟਿੰਗ ਕਾਰਾਂ ਵੀ ਆਮ ਹੀ ਦੇਖਣ ਨੂੰ ਮਿਲ ਜਾਣਗੀਆਂ। ਡਬਈ ਪੂਰੀ ਦੁਨੀਆ ਦਾ 29% ਗੋਲਡ ਐਕਸਪੋਰਟ ਕਰਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਡਬਈ ਆਖਰ ਇੰਨਾ ਸੋਨਾ ਕਿੱਥੋਂ ਲਿਆਉਂਦਾ ਹੈ ਤੇ ਡਬਈ ਦੇ ਵਿੱਚ ਸੋਨੇ ਦਾ ਰੇਟ ਘੱਟ ਕਿਉਂ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰੇ ਸਵਾਲਾਂ ਦੇ ਹੀ ਜਵਾਬ ਲੱਭਾਂਗੇ। ਸੋ ਜੁੜੇ ਰਹੋ ਮੇਰੇ ਨਾਲ, ਮੈਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋ ਟੀਵੀ। ਡਬਈ ਦੀ ਪੂਰੇ UAE ਦੇ ਵਿੱਚ ਆਪਣੀ ਇੱਕ ਅਲੱਗ ਹੀ ਪਹਿਚਾਣ ਹੈ। ਤੁਸੀਂ ਇਹ ਗੱਲ ਆਮ ਹੀ ਸੁਣੀ ਹੋਵੇ ਕਿਉਂਕਿ ਡਬਈ ਤੇਲ ਦੇ ਕਾਰਨ ਕਰੋੜਾਂ ਦੇ ਵਿੱਚ ਖੇਲਦਾ ਹੈ। ਡਬਈ ਦੀ ਆਮਦਨ ਦਾ ਇੱਕ ਬਹੁਤ ਵੱਡਾ ਸਾਧਨ ਟੂਰਿਜ਼ਮ ਵੀ ਹੈ, ਪਰ ਟੂਰਿਜ਼ਮ ਤੋਂ ਵੀ ਕਿਤੇ ਜ਼ਿਆਦਾ ਜੋ ਡਬਈ ਨੂੰ ਕਮਾਈ ਹੁੰਦੀ ਹੈ ਉਹ ਸੋਨੇ ਤੋਂ ਹੁੰਦੀ ਹੈ। ਜਿਹੜੇ ਵੀ ਟੂਰਿਸਟ ਡਬਈ ਦੇ ਵਿੱਚ ਘੁੰਮਣ ਆਉਂਦੇ ਨੇ ਉਹ ਵੀ ਇੱਥੇ ਆ ਕੇ ਜ਼ਰੂਰ ਸੋਨੇ ਦੀ ਖਰੀਦਦਾਰੀ ਕਰਦੇ ਨੇ। ਜ਼ਾਹਰ ਜੀ ਗੱਲ ਹੈ, ਜਿੱਥੇ ਸਸਤੇ ਰੇਟ ਦੇ ਵਿੱਚ ਸੋਨਾ ਮਿਲਦਾ ਹੋਵੇ ਇਹ ਮੌਕਾ ਕੌਣ ਛੱਡੇਗਾ। ਡਬਈ ਦੀ ਖਾਸੀਅਤ ਇਹ ਹੈ ਕਿ ਇੱਥੋਂ ਦੀ ਮਾਰਕੀਟ ਦੇ ਵਿੱਚ ਮਿਲਣ ਵਾਲੇ ਸੋਨੇ ਨੂੰ ਖੁਦ ਇੱਥੋਂ ਦੀ ਸਰਕਾਰ ਰੈਗੂਲੇਟ ਕਰਦੀ ਹੈ। ਡਬਈ ਦੀ ਮਾਰਕੀਟ ਦੇ ਵਿੱਚ ਮਿਲਣ ਵਾਲੇ ਹਰ ਇੱਕ ਸੋਨੇ ਦੇ ਗਹਿਣੇ ਦੇ ਉੱਪਰ ਗੋਲਡ ਪਿਓਰਿਟੀ ਹੋਲਮਾਰਕ ਹੁੰਦਾ ਹੈ, ਯਾਨੀ ਕਿ ਇੱਥੇ ਸੋਨੇ ਦੇ ਹਰ ਇੱਕ ਗਹਿਣੇ ਦੇ ਉੱਪਰ ਸ਼ੁੱਧਤਾ ਦੀ ਗਾਰੰਟੀ ਦਾ ਮਾਰਕਾ ਲੱਗਿਆ ਹੁੰਦਾ ਹੈ। ਇੱਥੋਂ ਦੀ ਸਰਕਾਰ ਇਸ ਚੀਜ਼ ਦਾ ਖਾਸ ਧਿਆਨ ਰੱਖਦੀ ਹੈ ਕਿ ਇੱਥੇ ਸੋਨੇ ਦੀ ਕੁਆਲਿਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆਵੇ। ਇਹੀ ਕਾਰਨ ਹੈ ਕਿ ਡਬਈ ਦੇ ਸੋਨੇ ਦੀ ਕੁਆਲਿਟੀ ਨੂੰ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਹੈ। ਹੁਣ ਤੁਸੀਂ ਵੀ ਆਪਣੇ ਦਿਮਾਗ ਦੇ ਉੱਪਰ ਇਹ ਜ਼ੋਰ ਪਾ ਕੇ ਸੋਚੋ ਕਿ ਡਬਈ ਆਖਰਕਾਰ ਇੰਨਾ ਸੋਨਾ ਕਿੱਥੋਂ ਲੈ ਕੇ ਆਉਂਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੇਲ ਦੀ ਤਰ੍ਹਾਂ ਡਬਈ ਦੇ ਕੋਲ ਸੋਨੇ ਦੀਆਂ ਵੀ ਖਾਣਾਂ ਨੇ ਤਾਂ ਇੱਥੇ ਤੁਸੀਂ ਗਲਤ ਹੋ, ਕਿਉਂਕਿ ਡਬਈ ਦੀ ਜ਼ਮੀਨ ਤੇ ਜਿਹੜਾ ਰੇਤਾ ਹੈ ਉਸ ਦੇ ਥੱਲੇ ਸੋਨਾ ਤਾਂ ਛੱਡੋ ਲੋਹਾ ਵੀ ਨਹੀਂ ਮਿਲਦਾ। ਅਜਿਹੇ ਦੇ ਵਿੱਚ ਇਹ ਚਲਾਕ ਦੇਸ਼ ਸਹਾਰਾ ਲੈਂਦਾ ਹੈ ਅਫਰੀਕਾ ਦੇ ਗਰੀਬ ਦੇਸ਼ਾਂ ਦਾ, ਕਿਉਂਕਿ ਡਬਈ ਆਪਣਾ ਬਹੁਤ ਜ਼ਿਆਦਾ ਗੋਲਡ ਅਫਰੀਕਾ ਦੇ ਗਰੀਬ ਦੇਸ਼ਾਂ ਤੋਂ ਸਮਗਲ ਕਰਕੇ ਡਬਈ ਦੇ ਵਿੱਚ ਲੈ ਕੇ ਆਉਂਦਾ ਹੈ। ਡਬਈ ਅਫਰੀਕਾ ਤੋਂ ਬਿਨਾਂ ਸਾਊਥ ਅਮਰੀਕਾ ਤੋਂ ਵੀ ਰਾ ਗੋਲਡ ਸਮਗਲ ਕਰਦਾ ਹੈ। ਸੁਡਾਨ, ਸੈਂਟਰਲ ਤੇ ਈਸਟ ਅਫਰੀਕਾ ਜਿਹੇ ਦੇਸ਼ਾਂ ਤੋਂ ਤਾਂ ਡਬਈ ਅਫੀਸ਼ੀਅਲੀ ਗੋਲਡ ਲੈਂਦਾ ਹੈ, ਪਰ ਡਬਈ ਆਪਣਾ ਜ਼ਿਆਦਾਤਰ ਗੋਲਡ ਦੂਜੇ ਦੇਸ਼ਾਂ ਤੋਂ ਤਸਕਰੀ ਕਰਕੇ ਲਿਆਉਂਦਾ ਹੈ ਡਬਈ ਦੇ ਵਿੱਚ, ਯਾਨੀ ਕਿ 2 ਨੰਬਰ ਰਾਹੀਂ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਡਬਈ ਵੀ ਕਿਤੇ ਨਾ ਕਿਤੇ ਅਫਰੀਕਾ ਦੇ ਗਰੀਬ ਲੋਕਾਂ ਦੇ ਉੱਪਰ ਅਤਿਆਚਾਰ ਕਰਦਾ ਹੈ ਸੋਨੇ ਦੇ ਲਈ। ਅਫਰੀਕਾ ਦੀ ਇਹਨਾਂ ਸੋਨੇ ਦੀਆਂ ਖਾਣਾਂ ਦੇ ਵਿੱਚ ਸੋਨਾ ਲੱਭਣ ਦੇ ਲਈ ਬੱਚਿਆਂ ਤੋਂ ਧੱਕੇ ਦੇ ਨਾਲ ਕੰਮ ਕਰਵਾਇਆ ਜਾਂਦਾ ਹੈ, ਉਹਨਾਂ ਨੂੰ ਭੁੱਖੇ ਰੱਖ ਕੇ, ਉਹਨਾਂ ਨੂੰ ਕੁੱਟਮਾਰ ਕਰਕੇ, ਤੇ ਇਹੀ ਸਾਰਾ ਸੋਨਾ ਗੈਰ ਕਾਨੂੰਨੀ ਢੰਗ ਦੇ ਨਾਲ ਬਿਨਾਂ ਰਜਿਸਟਰਡ ਕੀਤੇ ਡਬਈ ਪਹੁੰਚਦਾ ਹੈ। ਅਫਰੀਕਾ ਦੀਆਂ ਇਹਨਾਂ ਖਦਾਨਾਂ ਦੇ ਵਿੱਚੋਂ ਨਿਕਲਿਆ 80% ਸੋਨਾ ਤਾਂ ਡਬਈ ਲੈ ਜਾਂਦਾ ਹੈ। ਸੋਨੇ ਦੀ ਸਮਗਲਿੰਗ ਦੇ ਵਿੱਚ ਡਬਈ ਹੁਣ ਇੰਨਾ ਜ਼ਿਆਦਾ ਅੱਗੇ ਨਿਕਲ ਗਿਆ ਹੈ ਕਿ ਡਬਈ ਦੇ ਵਿੱਚ ਜਿਹੜੇ ਹੁਣ ਸੋਨੇ ਦੇ ਗਹਿਣੇ ਮਿਲਦੇ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਗਹਿਣੇ ਤਾਂ ਸਮਗਲ ਕਰਕੇ ਲਿਆਂਦੇ ਹੋਏ ਸੋਨੇ ਦੇ ਹੀ ਬਣੇ ਹੁੰਦੇ ਨੇ, ਕਿਉਂਕਿ ਹੁਣ ਡਬਈ ਦੇ ਕੋਲ ਇੰਨੀਆਂ ਜ਼ਿਆਦਾ ਐਡਵਾਂਸ ਰਿਫਾਈਨਰੀਜ਼ ਨੇ ਕਿ ਉਹ ਰਾ ਗੋਲਡ ਨੂੰ ਬਹੁਤ ਵਧੀਆ ਕੁਆਲਿਟੀ ਦਾ ਗੋਲਡ ਬਣਾ ਦਿੰਦੀਆਂ ਨੇ। ਡਬਈ ਦੇ ਕੋਲ ਬਹੁਤ ਵਧੀਆ ਟ੍ਰੇਨਡ ਵਰਕਰ ਨੇ ਜਿਹੜੇ ਕਿ ਖਰਾਬ ਸੋਨੇ ਨੂੰ ਵੀ ਇੱਕ ਵਧੀਆ ਕੁਆਲਿਟੀ ਦਾ ਸੋਨਾ ਬਣਾ ਦਿੰਦੇ ਨੇ। ਸਾਲ 2017 ਦੇ ਵਿੱਚ ਡਬਈ ਦੇ ਵਿੱਚ ਸੋਨੇ ਦਾ ਵਪਾਰ 12.2 ਮੈਟ੍ਰਿਕ ਟਨ ਸੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਡਬਈ ਦੇ ਵਿੱਚ ਲੋਕ ਭਰ ਭਰ ਕੇ ਸੋਨੇ ਦੀ ਖਰੀਦਦਾਰੀ ਕਰਦੇ ਨੇ। ਇਸ ਦਾ ਬਹੁਤ ਵੱਡਾ ਕਾਰਨ ਹੈ ਘੱਟ ਕੀਮਤ, ਕਿਉਂਕਿ ਬਾਕੀ ਦੇਸ਼ਾਂ ਦੀ ਤਰ੍ਹਾਂ ਡਬਈ ਆਪਣੇ ਸੋਨੇ ਦੇ ਉੱਪਰ ਟੈਕਸ ਨਹੀਂ ਲਗਾਉਂਦਾ। ਇੱਥੇ ਸੋਨਾ ਖਰੀਦਣ ਵਾਲਿਆਂ ਨੂੰ ਇਕੱਲੀ ਜੁਐਲਰੀ ਦੀ ਕੀਮਤ ਦੇਣੀ ਪੈਂਦੀ ਹੈ ਤੇ ਉਸ ਦੇ ਉੱਪਰ ਇਹ ਸਿਰਫ 5% ਵੈਟ ਟੈਕਸ ਲਗਾਉਂਦਾ ਹੈ, ਜਦਕਿ ਇੰਡੀਆ ਦੇ ਵਿੱਚ ਸੋਨੇ ਦੇ ਉੱਪਰ ਵੈਟ, GST ਅਤੇ ਐਕਸਾਈਜ਼ ਡਿਊਟੀ ਜਿਹੇ ਟੈਕਸ ਲਗਾਏ ਜਾਂਦੇ ਨੇ, ਜਿਸ ਦੇ ਕਾਰਨ ਇੰਡੀਆ ਦੇ ਵਿੱਚ ਸੋਨੇ ਦੀ ਕੀਮਤ ਵੱਧ ਜਾਂਦੀ ਹੈ ਤੇ ਉਹ ਮਹਿੰਗਾ ਹੋ ਜਾਂਦਾ ਹੈ। ਡਬਈ ਦੇ ਵਿੱਚ ਵੈਟ ਵੀ ਸੋਨੇ ਦੇ ਉੱਪਰ 2018 ਤੋਂ ਬਾਅਦ ਹੀ ਲੱਗਣ ਲੱਗਾ ਹੈ, ਉਸ ਤੋਂ ਪਹਿਲਾਂ ਤਾਂ ਇੱਥੇ ਸੋਨਾ ਹੋਰ ਵੀ ਜ਼ਿਆਦਾ ਸਸਤਾ ਸੀ। ਇਸ ਤੋਂ ਬਿਨਾਂ ਡਬਈ ਦੀ ਮਾਰਕੀਟ ਦੇ ਵਿੱਚ ਸੋਨੇ ਦੀ ਕੀਮਤ ਹਰ ਇੱਕ ਦੁਕਾਨ ਤੇ ਬਿਲਕੁਲ ਇੱਕੋ ਜਿਹੀ ਹੁੰਦੀ ਹੈ। ਇੱਥੇ ਸੋਨੇ ਦੇ ਇੰਟਰਨੈਸ਼ਨਲ ਰੇਟ ਨੂੰ ਫਾਲੋ ਕੀਤਾ ਜਾਂਦਾ ਹੈ, ਇੱਥੇ ਤੁਸੀਂ ਮੁੱਲ ਭਾਅ ਕਰਕੇ ਸੋਨੇ ਦਾ ਰੇਟ ਵਧਾ ਜਾਂ ਘਟਾ ਨਹੀਂ ਸਕਦੇ। ਜੇਕਰ ਕਿਸੇ ਦਿਨ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸੋਨੇ ਦਾ ਰੇਟ ਘਟਦਾ ਹੈ ਤਾਂ ਉਸ ਦਿਨ ਡਬਈ ਦੇ ਵਿੱਚ ਵੀ ਸੋਨਾ ਸਸਤਾ ਹੋ ਜਾਂਦਾ ਹੈ। ਇਸ ਤੋਂ ਬਿਨਾਂ ਸੋਨੇ ਦੇ ਗਹਿਣੇ ਦੇ ਉੱਪਰ ਜਿਹੜੇ ਮੇਕਿੰਗ ਚਾਰਜ ਹੁੰਦੇ ਨੇ, ਤੁਸੀਂ ਉਹਨਾਂ ਨੂੰ ਲੈ ਕੇ ਦੁਕਾਨਦਾਰ ਦੇ ਨਾਲ ਥੋੜਾ ਮੁੱਲ ਭਾਅ ਕਰ ਸਕਦੇ ਹੋ। ਡਬਈ ਦੇ ਵਿੱਚ ਲੋਕ ਇਸ ਕਰਕੇ ਵੀ ਸੋਨਾ ਖਰੀਦਣ ਜਾਂਦੇ ਨੇ ਕਿਉਂਕਿ ਇੱਥੇ ਸੋਨੇ ਦੀ ਬਹੁਤ ਵੱਡੀ ਮਾਰਕੀਟ ਹੈ। ਇਸ ਮਾਰਕੀਟ ਨੂੰ ਗੋਲਡ ਸਕੁਐਜ ਮਾਰਕੀਟ ਕਿਹਾ ਜਾਂਦਾ ਹੈ। ਇਸ ਮਾਰਕੀਟ ਦੇ ਵਿੱਚ ਸੋਨੇ ਦੀਆਂ 1000 ਤੋਂ ਵੱਧ ਦੁਕਾਨਾਂ ਨੇ। ਇੱਥੇ ਡਮਾਸ ਅਤੇ ਜੋਏ ਲੂਕਸ ਜੇ ਵੱਡੇ ਵੱਡੇ ਬ੍ਰਾਂਡ ਦੀ ਜੁਐਲਰੀ ਵੀ ਤੁਹਾਨੂੰ ਡਬਈ ਦੇ ਵਿੱਚ ਮਿਲ ਜਾਵੇਗੀ। ਇਹ ਸਾਰੀਆਂ ਦੁਕਾਨਾਂ ਹੀ ਗੋਲਡ ਦੀ ਪਿਓਰਿਟੀ ਯਾਨੀ ਕਿ ਸੋਨੇ ਦੀ ਸ਼ੁੱਧਤਾ ਦੀ ਗਾਰੰਟੀ ਦਿੰਦੀਆਂ ਨੇ। ਜੇਕਰ ਕੋਈ ਡਬਈ ਦੇ ਵਿੱਚ ਸੋਨੇ ਦੇ ਕੰਮ ਦੇ ਵਿੱਚ ਕੋਈ ਧਾਂਦਲੀ ਕਰਦਾ ਹੈ, ਫਰਾਡ ਕਰਦਾ ਹੈ ਜਾਂ ਬਿਨਾਂ ਹੋਲਮਾਰਕ ਤੋਂ ਸੋਨੇ ਦਾ ਗਹਿਣਾ ਵੇਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਲਈ ਇੱਥੇ ਬਹੁਤ ਜ਼ਿਆਦਾ ਸਖਤ ਕਾਨੂੰਨ ਨੇ। ਇੱਥੇ ਤੁਹਾਨੂੰ ਇਸ ਕੰਮ ਦੇ ਲਈ 2 ਕਰੋੜ ਦਾ ਜੁਰਮਾਨਾ ਤੇ 2 ਸਾਲ ਦੀ ਕੈਦ ਹੋਵੇਗੀ। ਇਸ ਲਈ ਸੋਨੇ ਦੀ ਧਾਂਦਲੀਬਾਜ਼ੀ ਦੇ ਕੇਸ ਡਬਈ ਦੇ ਵਿੱਚ ਬਹੁਤ ਘੱਟ ਮਿਲਦੇ ਨੇ। ਪਾਕਿਸਤਾਨ, ਓਮਾਨ, ਬ੍ਰਿਟੇਨ, ਸਾਊਦੀ ਅਰਬ ਤੇ ਕੈਨੇਡਾ ਜਿਹੇ ਦੇਸ਼ ਵੀ ਡਬਈ ਦੇ ਵਿੱਚੋਂ ਆ ਕੇ ਸੋਨਾ ਖਰੀਦਦੇ ਨੇ। ਜੇਕਰ ਤੁਸੀਂ ਇੰਡੀਅਨ ਹੋ ਤੇ ਡਬਈ ਤੋਂ ਸੋਨਾ ਖਰੀਦ ਕੇ ਇੰਡੀਆ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਵੀ ਇੱਕ ਲਿਮਟ ਬਣੀ ਹੋਈ ਹੈ। ਤੁਹਾਨੂੰ ਉਸ ਸੋਨੇ ਦੇ ਉੱਪਰ ਕੁਝ ਚਾਰਜਸ ਦੇਣੇ ਪੈਣਗੇ ਇੰਡੀਅਨ ਗਵਰਨਮੈਂਟ ਨੂੰ। CBIC ਦੇ ਤਹਿਤ ਜੇਕਰ
ਤੁਸੀਂ ਇੰਡੀਅਨ ਮਰਦ ਹੋ ਤੇ 1 ਸਾਲ ਤੋਂ ਦੁਬਈ ਦੇ ਵਿੱਚ ਰਹਿ ਰਹੇ ਹੋ ਤਾਂ ਤੁਸੀਂ 20 ਗ੍ਰਾਮ ਸੋਨਾ ਖਰੀਦ ਕੇ ਇੰਡੀਆ ਲਿਆ ਸਕਦੇ ਹੋ ਉਸ ਦੇ ਉੱਪਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜਸ ਨਹੀਂ ਪਵੇਗਾ ਪਰ ਇੱਥੇ ਇਹ ਵੀ ਮੈਂਸ਼ਨ ਕੀਤਾ ਗਿਆ ਹੈ ਕਿ ਇਹ ਸਾਰੇ ਸੋਨੇ ਦੀ ਕੀਮਤ 50,000 ਤੋਂ ਉੱਪਰ ਨਹੀਂ ਹੋਣੀ ਚਾਹੀਦੀ ਜੇਕਰ ਤੁਸੀਂ ਇੰਡੀਅਨ ਵੂਮਨ ਹੋ ਤਾਂ ਤੁਸੀਂ 40 ਗ੍ਰਾਮ ਤੱਕ ਸੋਨਾ ਇੰਡੀਆ ਲਿਆ ਸਕਦੇ ਹੋ ਪਰ ਇਸ ਦੀ ਕੀਮਤ ਵੀ 1,00,000 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਸੋਨਾ ਇੰਡੀਆ ਲੈ ਕੇ ਆਉਂਦੇ ਹੋ ਤਾਂ ਤੁਹਾਨੂੰ ਕਸਟਮ ਡਿਊਟੀ ਦੇਣੀ ਪਵੇਗੀ ਤੇ ਇੰਨੀ ਜ਼ਿਆਦਾ ਸੋਨੇ ਦੀ ਸੇਲ ਕਾਰਨ ਹੀ ਦੁਬਈ ਦੀ ਇਕਨੋਮੀ ਕਾਫੀ ਜ਼ਿਆਦਾ ਅੱਗੇ ਤੇਜ਼ੀ ਦੇ ਨਾਲ ਵੱਧ ਰਹੀ ਹੈ ਦੁਬਈ ਦੇ ਗੋਲਡ ਸੈਕਟਰ ਦੇ ਵਿੱਚ ਲਗਭਗ 4,086 ਕੰਪਨੀਆਂ ਕੰਮ ਕਰਦੀਆਂ ਨੇ 2021 ਦੇ ਵਿੱਚ ਇਕੱਲੇ UAE ਦੇ ਕੋਲ ਹੀ 54.85 ਟਨ ਸੋਨਾ ਪਿਆ ਸੀ ਤੇ ਦੁਬਈ ਲਗਾਤਾਰ ਆਪਣੇ ਸੋਨੇ ਦੇ ਭੰਡਾਰ ਨੂੰ ਵਧਾ ਰਿਹਾ ਹੈ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ TV ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ।